ਕਿਵੇਂ ਜ਼ਿੰਦਗੀ ਦੇ ਵਿੱਚ ਇਹ ਵੀ ਮੋੜ ਆ। ਦੇਖੋ ਮੈਨੂੰ ਵੀ ਨਹੀਂ ਪਤਾ, ਠੀਕ ਹੈ ਨੀ, ਮੈਨੂੰ ਇਹ ਨਹੀਂ ਪਤਾ ਕਦ ਸਰ ਤੇ ਦਸਤਾਰ ਸਜਗੀ, ਕਦ ਆਪਾਂ ਦਾੜੇ ਵਾਲੇ ਬਣ ਗਏ। ਤੇ ਵਧਾਈਆਂ ਬਹੁਤ ਬਹੁਤ, ਅੱਜ ਆਏ ਨੇ ਮੰਮੀ ਦੇ ਡੈਡੀ ਅੰਮ੍ਰਿਤ ਛੱਕ ਕੇ ਆਨੰਦਪੁਰ ਸਾਹਿਬ ਤੋਂ। ਵਧਾਈਆਂ ਮਾਤੇ, ਵਧਾਈਆਂ ਜੀ, ਵਾਹਿਗੁਰੂ ਮਿਹਰ ਕਰੇ। ਮੰਨ ਲਓ ਜਦ ਅੰਦੋਲਨ ਆਪਾਂ 2020 ਮੈਂ ਯਹਾਂ ਤੇ ਗਏ ਦਿੱਲੀ ਨੂੰ, ਜਦ ਬਿਲਕੁਲ ਕਲੀਨ ਸੇਫ, ਦਾਰੂ ਵੀ ਛਕਣੀ ਸਾਰਾ, ਜੋ ਵੀ ਮੱਲੇ ਹੁੱਕਾ ਵੀ ਛਕਣਾ, ਸਾਰਾ ਕੁਝ ਆਪਾਂ ਨੇ ਛੱਕ ਕੇ ਦੇਖਿਆ ਵਾ। ਜੋ ਇਵ ਜ਼ਿੰਦਗੀ ਜੀਣਾ ਇਸ ਨੂੰ ਕਹਾਂ ਆ, ਇਵ ਆਪਾਂ ਨੂੰ ਜੋ ਪਰਮਾਤਮਾ ਨੇ ਦਾਤ ਬਖਸ਼ੀ ਆ, ਇਸ ਕੇ ਅੰਦਰ ਤੇ ਬਹੁਤ ਕੁਛ ਸਿੱਖਣ ਨੂੰ ਮਿਲਿਆ ਆ। ਮੈਂ ਤਾਂ ਸਭ ਨੂੰ ਕਹਾਂਗਾ ਜੋ ਨੌਜਵਾਨ ਹੈ ਵੀ ਗੁਰੂ ਵਾਲੇ ਬਣੋ, ਔਰ ਆਪਣੀ ਜੋ ਸਿੱਖੀ ਪੰਥ ਆ ਆਪਾਂ ਨੇ ਇਹਨੂੰ ਚੜ੍ਹਦੀ ਕਲਮ ਰੱਖਣਾ ਆ। ਸਾਨੂੰ ਇਹ ਅੰਦੋਲਨ ਦੀ ਵੀ ਦੇਣ ਆ, ਕਿਉਂਕਿ ਜੇ ਉੱਥੇ ਜਾਂਦੇ ਨਾ ਤਾਂ ਕਲੀਨ ਸ਼ੇਪ ਤੋਂ ਸਭ ਸੂਰਤ ਨਾ। ਹਾਂਜੀ ਹਾਂ, ਤੁਹਾਨੂੰ ਕਾਫੀ ਧੰਨਵਾਦ ਕਰਾਂ ਜੀ, ਜਿਹਨੇ ਆਪਣੇ ਗੈਰ ਲਾਏ ਨੇ ਸੰਗਤ, ਮੈਨੂੰ ਬਹੁਤ ਅੱਛੀ ਮਿਲੀ ਸਾਰੇ ਅੰਮ੍ਰਿਤਧਾਰੀ ਬੰਦੇ ਤੇ, ਉਹਨੇ ਵੀ ਮਤਲਬ ਉਹਨੀ ਕੇ ਕਰਨਾ ਜੀ ਅੱਜ ਹਮੇ ਯਹਾਂ ਆਏ, ਉਨਕੇ ਅੱਛਾ ਸੰਗ ਮਿਲਿਆ ਮਾਨੂੰ, ਅੱਛਾ ਮਤਲਬ ਉਨਕੇ ਵਿਚਾਰ ਤੇ, ਇਸ ਕਰਕੇ ਮੈਂ ਸਿੱਖੀ ਕੇਂਦਰ ਆਏ ਆ। ਮੇਰਾ ਮਨ ਸਿੱਖੀ ਨੂੰ ਅੱਜ ਦਾ ਨਹੀਂ ਮੰਨਦਾ, ਬਹੁਤ ਪੁਰਾਣੇ ਮੈਂ ਆਪਣੇ ਪਿੰਡ ਗੁਰਦੁਆਰੇ ਦੀ ਸਾਰੀ ਮੰਨ ਲਓ ਦੇਖ ਰੇਖ ਆਪਣੇ ਹੀ ਹੱਥ 'ਚ ਸਾਰੀ ਰੱਖੀ, ਮਤਲਬ ਸੰਗਤ ਨਾਲ ਰਲ ਮਿਲ ਕੇ ਸਾਰੇ ਸੇਵਾ ਕਰਦੇ ਹਾਂ ਆਪਾਂ ਹੁਣ ਤੱਕ। ਮਤਲਬ ਇਹ ਦੇਖ ਲਓ ਜਦ ਤੋਂ ਮੈਂ ਸਿੱਖੀ ਨਾਲ ਜੁੜਿਆ ਹਾਂ, ਮਹਾਰਾਜ ਨੇ ਪਿੱਛਾ ਨਹੀਂ ਦਿਖਾਇਆ। ਸਾਰੇ ਗੁਰਸਿੱਖ ਸੀ ਜਾਂ ਤੁਸੀਂ ਹੀ ਸ਼ੁਰੂਆਤ ਕੀਤੀ ਆ? ਨਹੀਂ, ਮੇਰੇ ਡੈਡੀ ਜੀ ਮਤਲਬ ਪੱਗ ਤਾਂ ਬੰਨਦੇ, ਪੱਗ ਬਿਨਾਂ ਉਹ ਵੀ ਨਹੀਂ ਕਦੇ ਰਹਿੰਦੇ ਸੀਗੇ, ਪਰ ਜੋ ਸਿੱਖੀ ਸਾਜੀ ਹੈ ਅਤੇ ਉਹ ਤਾਂ ਸਿਰਫ ਇੱਕ ਪਰਿਵਾਰ 'ਚ ਪਹਿਲਾ ਸਿੱਖ ਮੈਂ ਹੀ ਹਾਂ ਜਿਹਨੇ ਅੰਮ੍ਰਿਤ ਛਕਿਆ। ਬਾਣੀ ਦਾ ਫੁਰਮਾਨ ਹੈ, ਪੀਵੋ ਪਾਹੁਲ ਖੰਡੇ ਤਾਰ ਹੋਏ ਜਨਮ ਸੁਹੇਲਾ, ਅਤੇ ਜਨਮ ਨੂੰ ਸੁਹੇਲਿਆ ਕਰਦਿਆਂ ਹੀ ਸ਼ਹੀਦੀ ਭਰਾ ਦਿਨਾਂ ਦੇ ਵਿੱਚ ਕਈ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ 'ਤੇ ਸਿਜਦਾ ਕਰਦੇ ਨੇ, ਪਰ ਉੱਥੇ ਹੀ ਅੰਮ੍ਰਿਤ ਦੀ ਦਾਤ ਛੱਕ ਕੇ ਨਵਦੀਪ ਸਿੰਘ ਜਲਵੇੜਾ, ਜੋ ਕਿਸਾਨੀ ਅੰਦੋਲਨ ਦੇ ਸੰਘਰਸ਼ੀ ਯੋਧੇ ਨੇ, ਉਹਨਾਂ ਦੇ ਮਾਤਾ ਪਿਤਾ ਜੈ ਸਿੰਘ ਜਲਵੇੜਾ ਜੀ ਅਤੇ ਉਹਨਾਂ ਦੀ ਮਾਤਾ ਜੀ ਸਾਡੇ ਨਾਲ ਮੌਜੂਦ ਆ, ਜਿਹੜੇ ਕਿ ਕੱਲ੍ਹ ਹੀ ਅੰਮ੍ਰਿਤ ਦੀ ਦਾਤ ਲੈ ਕੇ ਆਏ ਨੇ। ਇਹਨਾਂ ਸ਼ਹੀਦੀ ਭਰਾ ਦਿਨਾਂ ਦੇ ਵਿੱਚ ਹਰ ਕੋਈ ਆਪਣੇ ਤਰੀਕੇ ਦੇ ਨਾਲ ਸਿਜਦਾ ਕਰਦੇ ਨੇ, ਤਾਂ ਇਹਨਾਂ ਨੇ ਵੀ ਉਹਨਾਂ ਛੋਟਾ ਸਾਹਿਬਜ਼ਾਦਿਆਂ ਨੂੰ ਸਿਜਦਾ ਕਰਨ ਦੇ ਲਈ ਗੁਰੂ ਵਾਲੇ ਬਣੇ ਨੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਲਗੀਧਰ ਦੇ ਪੁੱਤਰ ਬਣੇ ਨੇ। ਕਿਸਾਨੀ ਅੰਦੋਲਨ ਦੀ ਗੱਲ ਕਰਦੇ ਹਾਂ ਤਾਂ ਕਿਸਾਨੀ ਅੰਦੋਲਨ ਨੇ ਬੜੇ ਲੋਕਾਂ ਨੂੰ ਚੇਂਜ ਕਰ ਦਿੱਤਾ। ਜੈ ਸਿੰਘ ਜਲਵੇੜਾ ਜਿਹੜੇ ਕਿ ਕਿਸਾਨੀ ਅੰਦੋਲਨ ਜਦੋਂ ਲੜਨ ਲਈ ਜਾਂਦੇ ਨੇ ਤਾਂ ਕਲੀਨ ਸ਼ੇਫ ਹੁੰਦੇ ਨੇ, ਇੱਥੋਂ ਤੱਕ ਕਿ ਕਈ ਨਸ਼ਾਦ ਵੀ ਕਰਦੇ ਸੀ, ਡਰਿੰਕ ਕਰਦੇ ਸੀ, ਪਰ ਅੱਜ ਜ਼ਿੰਦਗੀ ਦੇ ਵਿੱਚ ਐਸਾ ਮੋੜ ਆਇਆ, ਕਿਸਾਨੀ ਅੰਦੋਲਨ ਨੇ ਐਸਾ ਕੁਛ ਦੇ ਦਿੱਤਾ ਅਤੇ ਅੱਜ ਸਭ ਸੂਰਤ ਸਿੰਘ ਸੱਜੇ ਹੋਏ ਨੇ, ਅਤੇ ਮਾਤਾ ਜੀ ਵੀ ਸਾਡੇ ਨਾਲ ਮੌਜੂਦ ਆ, ਗੱਲਬਾਤ ਵੀ ਕਰਾਂਗੇ। ਪਹਿਲਾਂ ਤਾਂ ਸਵਾਗਤ ਕਰਦੇ ਹਾਂ ਰੋਜ਼ਾਨਾ ਸਪੋਕਸਮੈਨ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਸੋ ਨਵਦੀਪ ਸਿੰਘ ਜਲਵੇੜਾ ਤੋਂ ਪਹਿਲਾਂ ਬਾਜੀ ਮਾਰ ਗਏ, ਹਾਲਾਂਕਿ ਵਿਚਾਰਾਂ ਦੇ ਵਿੱਚ ਉਹ ਵੀ ਸਿੱਖ ਪ੍ਰਤੀ ਬਹੁਤ ਹੀ ਪਿਆਰ ਰੱਖਦੇ ਨੇ, ਸਿੱਖੀ ਪ੍ਰਤੀ ਬਹੁਤ ਪਿਆਰ ਰੱਖਦੇ ਨੇ, ਪਰ
ਇਹ ਵੀ ਜਾਣਨਾ ਚਾਹੁੰਦੇ ਹਾਂ, ਕਿਸਾਨੀ ਅੰਦੋਲਨ ਤੋਂ ਬਾਅਦ ਇਹ ਪਹਿਲੀ ਵਾਰ ਤੁਹਾਡਾ ਐਸਾ ਰੂਪ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਗੁਰੂ ਵਾਲੇ ਬਣ ਕੇ ਵੀ ਨਿਤਰੇ ਹੋ। ਮਹਾਰਾਜ ਦੀ ਮਿਹਰ ਹੋਈ ਹੈ ਜੀ, ਸਾਨੂੰ ਵੀ ਨਹੀਂ ਕੋਈ ਇੰਨਾ ਇਹਦੇ ਬਾਰੇ ਗਿਆਨ ਜੀ, ਅਤੇ ਜੇ ਨਾਲ ਜੁੜੇ ਹਾਂ ਫਿਰ ਜਾ ਕੇ ਪਤਾ ਲੱਗਿਆ ਵੀ ਇਸ ਜਿਹੜੀ ਇਹ ਸਿੱਖੀ ਹੈ ਜੀ ਇਹਦੇ 'ਚ ਕਿੰਨਾ ਰਸ ਅਤੇ ਕਿੰਨਾ ਪਿਆਰ ਅਤੇ ਕਿੰਨਾ ਆਦਰ ਸਤਿਕਾਰ ਮਾਨ ਜੋ ਸਾਨੂੰ ਸਮਾਜ ਨੇ ਦਿੱਤਾ ਹੈ, ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਅਤੇ ਉਹਨੀ ਤੁਸੀਂ ਗੱਲ ਕਰਦੇ ਤੇ ਵੀ ਗੁਰੂ ਸਾਹਿਬ ਦੇ ਫਲਸਫੇ ਦੇ ਸ਼ਹੀਦੀ ਦਿਹਾੜੇ 'ਤੇ ਅਸੀਂ ਉਹਨਾਂ ਦੇ ਫਲਸਫੇ 'ਤੇ ਜ਼ਰੂਰ ਚੱਲਣ ਦੀ ਕੋਸ਼ਿਸ਼ ਕਰਨੀ ਹੈ। ਦੇਖੋ ਐਡੀ ਵੱਡੀ ਕੁਰਬਾਨੀਆਂ ਤਾਂ ਆਪਾਂ ਨਹੀਂ ਦੇ ਸਕਦੇ ਜੀ, ਪਰ ਇਹ ਹੈ ਜ਼ੁਲਮ ਦੇ ਖਿਲਾਫ ਲੜਾਈ ਜ਼ਰੂਰ ਲੜਾਂਗੇ ਜੀ, ਜਿਵੇਂ ਕਿਸਾਨੀ ਅੰਦੋਲਨ ਕਰਕੇ ਲੜ ਰਹੇ ਹੋ, ਜਿਵੇਂ ਕਿਸਾਨੀ ਅੰਦੋਲਨ ਕਰਕੇ ਲੜ ਰਹੇ ਹਾਂ। ਔਰ ਚਾਹੇ ਭਾਈ ਜੇ ਕੋਈ ਸਾਡੇ ਪੰਥ ਨੂੰ ਕੋਈ ਵੀ ਠੇਸ ਪਹੁੰਚਾਵੇ ਜੀ, ਜਾਂ ਇਹਦੇ ਵੱਲ ਕੋਈ ਬੁਰੀ ਨਜ਼ਰ ਨਾਲ ਦੇਖੇ ਜੀ, ਅਸੀਂ ਉਹ ਬਰਦਾਸ਼ਤ ਨਹੀਂ ਕਰਾਂਗੇ। ਇਹ ਮੈਂ ਸਭ ਨੂੰ ਹੱਥ ਜੋੜ ਕੇ ਬੇਨਤੀ ਵੀ ਕਰਨਾ ਆ ਕਿ ਭਾਈ ਜੇ ਕੋਈ ਸਿੱਖੀ ਵਾਰੀ ਬੋਲੇ ਤਾਂ ਜ਼ਰਾ ਸੋਚ ਸਮਝ ਕੇ ਜੀ, ਉਹਨੂੰ ਐਨ ਸਮਝ ਕੇ ਅੱਛੀ ਤਰ੍ਹਾਂ ਉਹਦੇ 'ਚ ਵਿੱਚ ਵੜ ਕੇ ਨਾ ਫਿਰ ਸਿੱਖੀ ਵਾਰੀ ਬੋਲੇ। ਐਵੇਂ ਨਾ ਕੋਈ ਮਤਲਬ ਬੰਨ ਕੇ ਦਸਤਾਰ 'ਤੇ ਰੱਖ ਕੇ ਦਾੜੀ। ਪਰ ਮੈਂ ਸਭ ਨੂੰ ਕਹਾਂਗਾ ਗੁਰੂ ਵਾਲੇ ਬਣੋ। ਕੱਲ੍ਹ ਆਪਾਂ ਅਨੰਦਪੁਰ ਸਾਹਿਬ ਗਏ, ਬੜਾ ਆਨੰਦ ਆਇਆ ਜੀ, ਉਹ ਇੰਨੀ ਸੰਗਤ ਪੁੱਛੋ ਨਾ ਕੁਛ, ਮਤਲਬ ਆਉਣ ਨੂੰ ਦਿਲ ਨਹੀਂ ਕਰਦਾ ਤਾ, ਪਰ ਕੀ ਕਰੀਏ ਮਜਬੂਰੀਆਂ ਨੇ। ਇੱਕ ਅੱਧਾ ਦਿਨ ਤਾਂ ਰਹਿ ਸਕਦੇ ਆ ਪਰ ਜ਼ਿਆਦਾ ਦਿਨ ਨਹੀਂ। ਜ਼ਿੰਦਗੀ ਚੇਂਜ ਕਿਵੇਂ ਹੋਈ ਜੈ ਸਿੰਘ ਜੀ, ਮਤਲਬ ਕਿਵੇਂ ਜ਼ਿੰਦਗੀ ਦੇ ਵਿੱਚ ਇਹ ਵੀ ਮੋੜ ਆ? ਦੇਖੋ ਮੈਨੂੰ ਵੀ ਨਹੀਂ ਪਤਾ, ਠੀਕ ਹੈ ਨੀ ਜੀ, ਮੈਨੂੰ ਇਹ ਨਹੀਂ ਪਤਾ ਕਦ ਸਰ 'ਤੇ ਦਸਤਾਰ ਸਜ ਗਈ ਜੀ, ਕਦ ਆਪਾਂ ਦਾੜੇ ਵਾਲੇ ਬਣ ਗਏ ਜੀ, ਇਹ ਤਾਂ ਮੈਨੂੰ ਤਾਂ ਇਹ ਵੀ ਨਹੀਂ ਪਤਾ। ਮੈਨੂੰ ਤਰੀਕ ਜ਼ਰੂਰ ਯਾਦ ਹੈ, ਨਹੀਂ ਕਿਸੇ ਨੇ ਕਿਹਾ ਜਾਂ ਆਪਣੇ ਆਪ ਹੀ ਮਨ ਦੇ ਵਿੱਚੋਂ ਫੁਰਨਾ ਉੱਠਿਆ? ਬਿਲਕੁਲ ਨਹੀਂ, ਮੈਨੂੰ ਕਿਸੇ ਨੇ ਨਾ ਕਿਸੇ ਨੇ ਮੈਨੂੰ ਮਜਬੂਰ ਕਰਿਆ, ਨਾ ਕਿਸੇ ਨੇ ਮੈਨੂੰ ਇਹ ਕਿਹਾ ਵੀ ਭਾਈ ਤੂੰ। ਦੇਖੋ ਆਪਣੀ ਸੰਗਤ ਸਾਰੀ ਸਿੱਖੀ ਗੱਲ ਜੁੜੀ ਹੋਈ ਸੀ ਅੰਦੋਲਨ ਕੇ ਅੰਦਰ, ਆਪਣੇ ਅਮਰਜੀਤ ਮੋੜੀ ਜੀ ਹਾਂ, ਆਪਣੀ ਯੂਨੀਅਨ ਕੇ ਜੋ ਰਾਸ਼ਟਰ ਦੇ ਸੀ ਇਹਨਾਂ ਇਹਨਾਂ ਦੇ ਵਿੱਚ। ਹਾਂ ਮੈਂ ਮੰਨ ਲਓ ਜਦ ਅੰਦੋਲਨ ਆਪਾਂ 2020 ਮੈਂ ਯਹਾਂ ਤੇ ਗਏ ਦਿੱਲੀ ਨੂੰ, ਜਦ ਬਿਲਕੁਲ ਕਲੀਨ ਸੇਫ ਜੀ, ਦਾਰੂ ਵੀ ਛਕਣੀ ਜੀ, ਸਾਰਾ ਜੋ ਵੀ ਮੱਲੇ ਹੁੱਕਾ ਵੀ ਛਕਣਾ ਸਾਰਾ ਕੁਝ ਆਪਾਂ ਨੇ ਛੱਕ ਕੇ ਦੇਖਿਆ ਵਾ, ਜੋ ਵੀ ਨਸ਼ਾ, ਚਲੋ ਕਈ ਐਸੀ ਨਸ਼ਿਆਂ ਜੋ ਹਮ ਉਨ ਤੇ ਦੂਰ ਰਹੇ ਹਾਂ, ਉਹ ਮਹਾਰਾਜ ਨੇ ਦੂਰ ਰੱਖਿਆ ਆਪਾਂ ਨੂੰ, ਪਰ ਆਪਾਂ ਨੇ ਨਸ਼ਾ ਕਰਕੇ ਦੇਖਿਆ ਆ ਤੋ ਨੋਨ ਵੈਜ ਵੀ ਖਾ ਕੇ ਦੇਖਿਆ, ਐਸੀ ਕੋਈ ਬਾਤ ਨਹੀਂ ਹੈ। ਪਰ ਜੋ ਇਵ ਜ਼ਿੰਦਗੀ ਜੀਣਾ ਇਸ ਨੂੰ ਕਹਾਂ ਆ,
ਅਸਲੀ ਜ਼ਿੰਦਗੀ ਤੋਂ ਪਹਿਲਾਂ ਜ਼ਿੰਦਗੀ ਅਰਥ ਲੱਗਦੀ ਸੀ। ਪਹਿਲਾਂ ਤਾਂ ਮੰਨ ਲਓ ਆਪਾਂ ਕਿਆ ਪਤਾ ਕਿਸੇ ਨੂੰ ਆਉਂਦੇ ਜਾਂਦੇ ਨੂੰ ਕਿਸੇ ਨੂੰ ਗਲਤ ਵੀ ਬੋਲਦੀ ਆ ਜੀ, ਕਿਉਂ ਇਹ ਇੱਕ ਐਸਾ ਹੀ ਚੀਜ਼ ਹੋਆ ਨਸ਼ਾ ਇਸਮਾਂ ਆਪਣਾ ਪਰਾਇਆ ਨਹੀਂ ਦਿਖਦਾ ਹੈ, ਪਰ ਜੋ ਇਹ ਆਪਾਂ ਨੂੰ ਜੋ ਪਰਮਾਤਮਾ ਨੇ ਦਾਤ ਬਖਸ਼ੀ ਆ ਇਸ ਕੇ ਅੰਦਰ ਤਾਂ ਬਹੁਤ ਕੁਛ ਸਿੱਖਣ ਨੂੰ ਮਿਲਿਆ ਆ। ਮੈਂ ਤਾਂ ਸਭ ਨੂੰ ਕਹਾਂਗਾ ਜੋ ਨੌਜਵਾਨ ਹੈ ਵੀ ਗੁਰੂ ਵਾਲੇ ਬਣੋ, ਔਰ ਆਪਣੀ ਜੋ ਸਿੱਖੀ ਪੰਥ ਆ ਆਪਾਂ ਨੇ ਇਹਨੂੰ ਚੜ੍ਹਦੀ ਕਲਮ ਰੱਖਣਾ ਆ, ਔਰ ਆਪਨੇ ਵੀ ਸਭ ਨੇ ਪਰਮਾਤਮਾ ਮਿਹਰ ਕਰਾ, ਆਪਾਂ ਚੜ੍ਹਦੀ ਕਲਾ ਹੀ ਮਿਹਰ ਕਰਾ ਮਹਾਰਾਜ। ਆਪਾਂ ਤਾਂ ਇਹੀ ਕਹਾਂਗੇ ਵੀ ਭਾਈ ਜਿਤਨੀ ਜਲਦੀ ਜੀ, ਚਲੋ ਆਪਾਂ ਇਹਨੂੰ ਜਲਦੀ ਵੀ ਨਹੀਂ ਕਹਿੰਦੇ, ਆਪਾਂ ਇਹ ਕਹਾਂਗੇ ਭਾਈ ਜਿਹਨੇ ਵੀ ਮਹੱਲੇ ਅੰਮ੍ਰਿਤ ਦੀ ਦਾਤ ਛਕਣੀ ਹੈ ਜੀ, ਆਪਣੀ ਐਨ ਸੋਚ ਸਮਝ ਕਾ ਮੰਨ ਲਿਓ ਪੂਰਾ ਮਨ ਬਣਾ ਕਾ, ਫਿਰ ਕੋਈ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਜਿੰਨੀਆਂ ਗਲਤੀਆਂ ਹੋਲੀ ਮਹਾਰਾਜ ਨੇ ਤੁਹਾਨੂੰ ਮਾਫ਼ ਕਰ ਦਿਆ। ਥਵੇਂ ਅੰਮ੍ਰਿਤ ਛਕਣ ਗਏ ਹਾਂ ਵਹਾਂ ਮਹਾਰਾਜ ਨੇ ਆਪਾਂ ਨੇ ਸਾਰੀ ਗਲਤੀਆਂ ਮੰਨੀ ਵਹਾਂ ਵੀ ਜੋ ਗਲਤੀਆਂ ਆਪਾਂ ਨੇ ਕਰੀਆਂ ਮਹਾਰਾਜ ਮਾਫ਼ ਕਰੀਏ, ਆਪਾਂ ਨੇ ਅੱਗੇ ਕੋਈ ਗਲਤੀ ਨਹੀਂ ਕਰਨੀ, ਔਰ ਨਾ ਹੀ ਮੈਨੂੰ ਆਸ ਉਮੀਦ ਹੈ ਵੀ ਮਹਾਰਾਜ ਨੇ ਜੋ ਥਾਪੜਾ ਦਿਆ ਆ ਨਾ ਹੀ ਹਮ ਜੋ ਪਹਿਲਾਂ ਗਲਤੀਆਂ ਕਰੀਆਂ ਇਹ ਤੋਂ ਸ਼ਾਇਦ ਜ਼ਿੰਦਗੀ ਮਾਂ ਹੋਣੇਗੀ ਨਹੀਂ ਹੈ। ਇਸੀ ਤਰ੍ਹਾਂ ਸੰਗਤ ਨੂੰ ਵੀ ਕਹਾਂ ਆ, ਕਿਉਂਕਿ ਕੱਲ੍ਹ ਆਪਾਂ ਨੇ ਦੇਖਿਆ ਵਹਾਂ ਪੰਜ ਪਿਆਰਾਂ ਦੇ ਸਾਹਮਣੇ ਲੋਕ ਅੰਮ੍ਰਿਤ ਛੱਕਾ ਫਿਰ ਮਾਫ਼ੀ ਮੰਗਣਾ ਅੱਛੀ ਬਾਤ ਨਹੀਂ ਹੈ, ਕਿਉਂਕਿ ਜੋ ਅੰਮ੍ਰਿਤ ਇੱਕ ਵਾਰ ਛੱਕ ਲਿਆ ਤੋ ਸ਼ਾਇਦ ਦੁਬਾਰਾ ਉਹ ਅੰਮ੍ਰਿਤ ਨਹੀਂ ਮਿਲਦਾ। ਮਨ ਨੂੰ ਪੱਕਾ ਦ੍ਰਿੜ ਕਰਕੇ ਗਏ ਸੀਗੇ ਕਿ ਮਹਾਰਾਜ ਜੇ ਦਾਤ ਦੇਣੀ ਆ ਤਾਂ ਪੱਕੇ ਰਹਿਣਾ ਹੈ। ਬਸ 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 ਜੀ, ਜੋ ਪਹਿਲੀ ਵਾਰ ਮੰਨ ਲਓ ਅੰਮ੍ਰਿਤ ਛਕਿਆ ਨਾ, ਫਿਰ ਉਸ ਤੋਂ ਬਾਅਦ ਚਾਹੇ ਦੋ ਵਾਰ ਛਕ ਲਓ ਗਲਤੀ ਕਰਕੇ, ਚਾਹੇ ਚਾਰ ਵਾਰ ਛਕ ਲਓ, ਕੋਈ ਮੇਰੇ ਸਮਝ ਤੋਂ ਬਾਹਰ ਹੈ, ਪਰ ਆਪਣਾ ਮਨ ਬਣਾਓ ਜੇ ਗੁਰੂ ਵਾਲੇ ਬਣਨਾ ਹੈ ਅਤੇ ਜੇ ਅੰਮ੍ਰਿਤ ਛਕਣਾ ਹੈ ਤਾਂ ਫਿਰ ਆਪਣਾ ਪੂਰਾ ਮਨ ਬਣਾ ਕੇ ਫਿਰ ਉੱਥੇ ਜਾਇਓ, ਔਰ ਤਾਂ ਕਿ ਫਿਰ ਦੁਬਾਰਾ ਕੋਈ ਕਹਿ ਕੇ ਆਉਣਾ ਵੀ ਆਪਾਂ ਅੱਜ ਤੋਂ ਬਾਅਦ ਕੋਈ ਗਲਤੀ ਨਹੀਂ ਕਰਾਂਗੇ ਅਤੇ ਗੁਰੂ ਵਾਲੇ ਬਣ ਕੇ ਰਹਾਂਗੇ ਅਤੇ ਇਸ ਪੰਥ ਦੀ ਸੇਵਾ ਕਰਾਂਗੇ ਜਿੰਨੀ ਹੋਏਗੀ। ਮਾਤਾ ਜੀ ਨਾਲ ਵੀ ਗੱਲ ਕਰਾਂਗੇ, ਮਾਤਾ ਜੀ ਪਹਿਲਾਂ ਤਾਂ ਕਿਵੇਂ ਦੋਵਾਂ ਜੀਆਂ ਦੀ ਸਲਾਹ ਬਣੀ ਕਿ ਅਸੀਂ ਅੰਮ੍ਰਿਤ ਛਕਣ ਜਾਣਾ ਆ? ਦੇਖੋ ਜੀ, ਨਾ ਸਿੱਖੀ ਕੇ ਅੰਦਰ 2 ਸਾਲ ਹੋ ਗਏ ਹੈਗੇ ਤੇ ਜੀ, ਬਸ ਫਿਰ ਵੀ ਨਾ ਮਨ ਬਣ ਗਿਆ ਵੀ ਆਪਾਂ ਅੰਮ੍ਰਿਤ ਛੱਕ ਆਵਾਂਗੇ। ਪਹਿਲਾਂ ਘਰ 'ਚ ਕਿਵੇਂ ਦਾ ਮਾਹੌਲ ਸੀ ਜਦੋਂ ਕਲੀਨ ਸ਼ੇਪ ਸੀਗੇ ਜਾਂ ਡਰਿੰਕ ਕਰਦੇ ਸੀ? ਜਿੱਥੋਂ ਜੀ ਦਾਰੂ ਦੂਰ ਪੀਵਾਂ ਤੇ ਨੇ, ਉਸ ਤੋਂ ਬਾਅਦ ਫਿਰ ਨੇ ਅੰਦੋਲਨ ਕਹਿੰਦੇ ਵੀ ਸੀ ਵੀ ਛੱਡ ਦੇ, ਇਹਨਾਂ ਨੇ ਕੀ ਦੇਣਾ ਤੈਨੂੰ, ਤੁਸੀਂ ਸ਼ਰਾਬ ਪੀਂਦੇ ਹੋ ਗੁਰੂ ਵਾਲੇ ਬਣ ਜਾਓ? ਨਾ ਨਾ ਜੀ, ਉਸ ਟਾਈਮ ਕਹਾਂ ਸੁਣੇ ਕਰਾਂਦੇ, ਜਿਸ ਟਾਈਮ ਦਾ ਰੁਪਈਏ ਕਰਾਂਦੇ ਨੇ ਜੀ, ਉਸ ਟਾਈਮ ਕੋਈ ਸੁਣਿਆ ਨਹੀਂ, ਸੁਣਦੇ ਹੀ ਨਹੀਂ ਜੀ। ਲੜਾਈ ਝਗੜਾ ਵੀ ਕਰਦੇ ਸੀ? ਨਹੀਂ, ਚਲੋ ਥੋੜੀ ਬਹੁਤੀ ਹੋ ਜਾ ਕਰ, ਮੈਂ ਤਾਂ ਕੋਈ ਬਾਤ ਨਹੀਂ ਜੀ, ਪਰ ਮਤਲਬ ਦਾਰੂ ਪਹਿਲਾਂ ਪੀਵਾਂ ਤੇ ਉਸ ਤੋਂ ਬਾਅਦ ਜਿਸ ਟਾਈਮ ਅੰਦੋਲਨ ਮੰਗੇ ਉਸ ਤੋਂ ਬਾਅਦ ਇਹਨੇ ਦਾਰੂ ਨਹੀਂ ਪੀ। ਹੁਣ ਪਹਿਲਾਂ ਸਲਾਹ ਕਿੰਨਾ ਦੀ ਬਣੀ ਫਿਰ ਅੰਮ੍ਰਿਤ ਛਕਣ ਲਈ? ਪਹਿਲਾਂ ਤਾਂ ਜਿਵੇਂ ਕਿ ਸਿੱਖੀ ਮੈਂ ਆਪ ਆਏ ਸਿੱਖੀ ਮੈਂ ਕਿ ਬਸ ਫਿਰ ਆਪਣੇ ਆਪ ਇਨਕਾ ਮਨ ਬਣ ਗਿਆ ਵੀ ਆਪਾਂ ਨੂੰ ਅੰਮ੍ਰਿਤ ਛਕਣਾ ਜੀ, ਬਸ ਜਿਵੇਂ ਕਿ ਕੱਲ੍ਹ ਆਪਣਾ ਮਨ ਬਣਿਆ ਤਾਂ ਹਮ ਚਲੇ ਗਏ। ਇਹ ਤਾਂ ਮਤਲਬ 2 ਸਾਲ ਹੋ ਗਏ ਪੂਰੇ ਸਿੱਖੀ ਮੈਂ ਪਾਠ ਕਰ ਰਹੀ 2 ਟਾਈਮ ਸਾਂਝ ਸਵੇਰ, ਪੂਰਾ ਮਨ ਬਣਿਆ ਵਾ ਤਾਂ ਜੀ ਨੇ ਕਿਹਾ ਵੀ ਮੈਨੂੰ ਅੰਮ੍ਰਿਤ ਛਕਣਾ ਹੀ ਛਕਣਾ ਮਹਾਰਾਜ ਨੇ। ਹਾਂਜੀ, ਬਹੁਤ ਖੁਸ਼ ਹਾਂ ਜੀ, ਬੇਟਾ ਵੀ ਮੇਰਾ ਬਹੁਤ ਖੁਸ਼ ਆ ਵੀ ਹਾਂ ਮੰਮੀ ਡੈਡੀ ਨੇ ਅੰਮ੍ਰਿਤ ਛਕਿਆ। ਨਵਦੀਪ ਕਾ ਮਨ ਵੀ ਹੈ ਤਾਂ ਵੀ ਮੰਮੀ ਡੈਡੀ ਅੰਮ੍ਰਿਤ ਛਕਾਂ ਵੀ ਸਿੱਖੀ ਮਰਾ ਹਾਂ ਨੇ, ਬਹੁਤ ਮਤਲਬ ਕੱਲ੍ਹ ਬਹੁਤ ਪਿਆਰ ਦੀ ਉਸਨੇ, ਬਹੁਤ ਅੱਛਾ ਲੱਗਿਆ ਜੀ ਮੈਨੂੰ।
ਨਵਦੀਪ ਨੇ ਬਹੁਤ ਵਧਾਈਆਂ ਵੀ ਦਿੱਤੀਆਂ, ਬਹੁਤ ਮੰਤਰ ਨਵਦੀਪ ਕਾ ਬਹੁਤ ਮੰਤਰ ਮੰਮੀ ਡੈਡੀ ਸਿੱਖੀ ਮਾਜਾ ਮਹਾਰਾਜ ਨੇ ਕਿਰਪਾ ਕਰੀ ਜੀ ਮੇਰੇ ਪਾਸ ਤੋਂ ਜੀ। ਹਾਂਜੀ, ਮੰਨਦੇ ਹੋ ਕਿਸਾਨੀ ਅੰਦੋਲਨ ਦੀ ਵੀ ਦੇਣ ਆ, ਕਿਉਂਕਿ ਜੇ ਉੱਥੇ ਜਾਂਦੇ ਨਾ ਤਾਂ ਕਲੀਨ ਸ਼ੇਵ ਤੋਂ ਸਭ ਸੂਰਤ ਨਾ ਹੁੰਦੀ। ਹਾਂਜੀ ਹਾਂ, ਆਮ ਤਾਂ ਉਹਨਾਂ ਦਾ ਵੀ ਧੰਨਵਾਦ ਕਰਾਂ ਜੀ ਜਿਹਨੇ ਆਪਣੇ ਗੈਰ ਲਾਏ ਨੇ ਸੰਗਤ ਮਨ ਬਹੁਤ ਅੱਛੀ ਮਿਲੀ ਸਾਰੇ ਅੰਮ੍ਰਿਤਧਾਰੀ ਬੰਦੇ ਤੇ ਉਹਨੇ ਵੀ ਮਤਲਬ ਉਹਨੇ ਕੇ ਕਰਨਾ ਜੀ ਅੱਜ ਹਮੇ ਯਹਾਂ ਆਏ ਜੀ, ਉਹਨਕੇ ਅੱਛਾ ਸੰਗ ਮਿਲਿਆ ਮਾਨੂੰ ਅੱਛਾ ਮਤਲਬ ਉਹਨਕੇ ਵਿਚਾਰ ਤੇ ਇਸ ਕਰਕੇ ਮੈਂ ਸਿੱਖੀ ਕੇਂਦਰ ਆਏ ਹਾਂ। ਹਾਂ ਧੰਨਵਾਦ ਸਭ ਕਾ ਕਰਾਂ ਜੀ ਜਿਹਨੇ ਯਹਾਂ ਤੱਕ ਮਾਰੇ। ਮਹਾਰਾਜ ਨੇ ਬਹੁਤ ਕਿਰਪਾ ਕਰੀ ਮੇਰੇ ਪਰ ਕੱਲ ਆਮ ਤੋਂ ਦੋਏ ਜੀ ਛਕ ਘਰ ਕੇ ਅੰਦਰ ਹੀ ਬਹੁਤ ਖੁਸ਼ੀਆਂ ਜੀ ਤੋਂ ਠੀਕ ਆ ਬਸ ਮਤਲਬ ਜਿੱਦਣ ਗਏ ਨੇ ਸਰਦਾਰ ਬਣੇ ਸਿੱਖੀ ਮਾਏ ਜੀ ਮੇਰੇ ਘਰ ਕੇ ਅੰਦਰ ਬਹੁਤ ਮਤਲਬ ਅੱਛਾ ਮਾਹੌਲ ਬਣਿਆ ਘਰ ਕਾ ਹੀ ਬਦਾਰੂ ਨਹੀਂ ਪੀਂਦੇ ਕੁਛ ਨਹੀਂ ਆਪਣੇ ਘਰ ਅੱਛਾ ਹੀ ਮਾਹੌਲ ਬਣਾਂਗਾ ਕਿ ਨਾ ਵੀ ਸਿੱਖੀ ਕੇਂਦਰ ਹੈਗੇ ਨੇ ਇਨਕਾ ਮਨ ਤਾਂ ਪੂਰਾ ਵੀ ਹਮ ਸਿੱਖੀ ਕੇਂਦਰ ਮੇਰਾ ਵੀ ਮਨ ਤਾਂ ਮਹਾਰਾਜ ਗੜੀ ਵੀ ਇਹ ਸੱਚੇ ਪਾਤਸ਼ਾਹ ਬਸ ਨਾਮ ਕੀ ਦਾਤ ਬਖਸ਼ੀ ਮਨ ਦੋਏ ਜੀਆਂ ਨੂੰ ਜੀ ਉਹੀ ਕਰੀ ਮਹਾਰਾਜ ਨੇ ਮੇਰੀ ਮੰਨਿਆ ਪੂਰੀ ਕਰੀ। ਹਾਂਜੀ ਇਹ ਅਰਦਾਸ ਕਰੇ ਕਰਾਂ ਤੇ ਜੀ ਹਮ ਤੋਂ ਮਹਾਰਾਜ ਨੇ ਮਾਰੀ ਪੂਰੀ ਕਰ ਦੀ ਕੱਲ ਇਹ ਤੋਂ ਬੇਟੇ ਨੂੰ ਵੀ ਕਰੇ ਬੇਟੇ ਨੂੰ ਵੀ ਮਹਾਰਾਜ ਦਾਤ ਬਖਸ਼ੀ ਉਹ ਜੀ ਇਹਨੇ ਵੀ ਸਿੱਖੀ ਕੀ ਦਾਤ ਬਖਸ਼ੀ ਨਵਦੀਪ ਨੂੰ ਵੀ ਜੀ ਜੀ। ਸ਼ਹੀਦੀ ਭਰਾਂ ਦੇ ਦਿਨਾਂ ਦੇ ਵਿੱਚ ਜਿੱਥੇ ਅਨੰਦਪੁਰ ਸਾਹਿਬ ਤੁਸੀਂ ਅੰਮ੍ਰਿਤ ਦੀ ਦਾਤ ਲੈ ਕੇ ਆਏ ਉੱਥੇ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ 'ਤੇ ਫਿਰ ਜਾ ਕੇ ਸਜਦਾ ਕਰਨਾ? ਹਾਂਜੀ ਜਾਵਾਂਗੇ ਹਮ ਪਰਸੋਂ ਨੂੰ ਜੀ। ਹਾਂਜੀ ਮਾਰੇ ਹਨ ਮਨ ਬਣ ਰਿਹਾ ਮਹਾਂ ਵਿਜੈ ਕਹਾਂਗੇ ਜੀ ਹਮ ਜੀ। ਅਤੇ ਹਰ ਸਾਲ ਕਿਵੇਂ ਦਿਨ ਲੰਘਦੇ ਹੁੰਦੇ ਸੀ ਜਿਵੇਂ? ਹਾਂਜੀ ਮਹਾਂ ਵੀ ਹਰ ਸਾਲ ਹਾਂਜੀ ਜਾਂਦੇ ਹਾਂ ਜੀ ਹਰ ਸਾਲ ਜੀ ਟਰਾਲੀ ਲੈ ਕੇ ਜਾਵਾਂਗੇ ਹਰ ਸਾਲ ਜੀ। ਅਸੋ ਜੈ ਸਿੰਘ ਨਾਲ ਹੀ ਗੱਲ ਕਰਾਂਗੇ, ਟਰਾਲੀ ਲੈ ਕੇ ਜਾਂਦੇ ਸੀ ਫਿਰ ਪਿੰਡ ਜੀ? ਜੀ ਹਰ ਸਾਲ ਜੀ। ਹੁਣ ਵੀ ਸਵੇਰੇ ਮੈਂ ਬਾਬਾ ਜੀ ਨਾਲ ਗੱਲ ਹੋਈ ਗੁਰਦੁਆਰੇ ਵੀ ਸਭ ਨੂੰ ਕਹਿ ਦਿਓ ਜੇ ਸੰਗਤ ਜ਼ਿਆਦਾ ਹੋ ਗਈ ਆਪਾਂ ਦੋ ਟਰਾਲੀਆਂ ਜੋੜ ਲਵਾਂਗੇ, ਨਹੀਂ ਇੱਕ ਟਰਾਲੀ ਤਾਂ ਪੱਕੀ ਜਾਣੀ ਜਾਣੀ ਹੈ ਜੀ। 27 ਤਰੀਕ ਪਹਿਲਾਂ ਜਾਂਦੇ ਸੀਗੇ ਕਲੀਨ ਸ਼ੇਪ ਸੀ ਹਨਾ, ਵੀ ਮਤਲਬ ਐਵੇਂ ਦੇ ਸੀਗੇ ਕਿ ਜਾਏ ਠੀਕ ਜਾਣ ਆਇਆ ਇੱਕ ਡਨ ਪੂਰਾ ਕਰਨਾ, ਹੁਣ ਜਦੋਂ ਜਾਓਗੇ ਤੇ ਮਨ ਦੇ ਵਿੱਚ ਕੀ ਹੋਊਗਾ ਵੀ ਗੁਰੂ ਵਾਲੇ ਬਣ ਗਏ ਹੋ ਹੁਣ ਗੁਰੂ ਵਾਲੇ? ਅਸਲ ਵਿੱਚ ਪਤਾ ਕੀ ਹੈ, ਮੇਰਾ ਮਨ ਸਿੱਖੀ ਨੂੰ ਅੱਜ ਦਾ ਨਹੀਂ ਮੰਨਦਾ, ਬਹੁਤ ਪੁਰਾਣੇ ਮੈਂ ਆਪਣੇ ਪਿੰਡ ਗੁਰਦੁਆਰੇ ਦੀ ਸਾਰੀ ਮੰਨ ਲਓ ਦੇਖ ਰੇਖ ਆਪਣੇ ਹੀ ਹੱਥ 'ਚ ਸਾਰੀ ਰੱਖ ਮਤਲਬ ਸੰਗਤ ਨਾਲ ਰਲ ਮਿਲ ਕੇ ਸਾਰੇ ਸੇਵਾ ਕਰਦੇ ਨੇ ਆਪਾਂ, ਅਤੇ ਜਦ ਗੁਰਦੁਆਰਾ ਸਾਹਿਬ ਦੀ ਨੀਂਹ ਵੀ ਰੱਖੀ ਦੀ, ਜਦ ਵੀ ਮਹਾਰਾਜ ਨੇ ਸਾਨੂੰ ਹੀ ਦਾਤ ਬਖਸ਼ੀ ਸੀ ਵੀ ਤੁਸੀਂ ਅੱਗੇ ਰਹਿਣਾ ਹੈ, ਔਰ ਅੱਜ ਤੱਕ ਅੱਗੇ ਹੁੰਦੇ ਹੁੰਦੇ ਮਹਾਰਾਜ ਨੇ ਬਹੁਤ ਅੱਗੇ ਵਹਾਂ ਪਹੁੰਚਾ ਦਿਆ ਜਹਾਂ ਆਪਾਂ ਨੂੰ ਆਸ ਨਹੀਂ ਸੀ ਵੀ ਆਪਾਂ ਸਿੱਖੀ ਕੇਂਦਰ ਯਹਾਂ ਤੱਕ ਪਹੁੰਚ ਜਾਵਾਂਗੇ। ਪਰ ਅਗਰ ਜੇ ਸੱਚੇ ਮਨ ਗੱਲ ਜੇ ਚਾਹੇ ਇਹ ਤਾਂ ਸਿੱਖੀ ਨੂੰ ਆਪਾਂ ਨੇ ਮੰਨਿਆ ਸੱਚੇ ਮਨ ਗੱਲ, ਕੋਈ ਵੀ ਕੰਮ ਕਰੀਏ ਨਾ ਜੇ ਆਪਾਂ ਆਪਣੀ ਖੇਤੀਬਾੜੀ ਹੋਰ ਕੋਈ ਘਰ ਦਾ ਕੰਮ ਵੀ ਸੱਚੇ ਮਨ ਨਾਲ ਕਰੀਏ ਉਹ ਵੀ ਮਹਾਰਾਜ ਉਹਨੂੰ ਵੀ ਸਿਰੇ ਚਾੜਦਾ ਹੈ। ਪਰ ਮੈਂ ਤਾਂ ਸ਼ੁਕਰ ਗੁਜ਼ਾਰ ਹਾਂ ਉਹ ਸੰਗਤ ਦਾ ਜਿਹੜੀ 2020 ਤੋਂ ਆਪਣੇ ਨਾਲ ਜੁੜੀ ਅਤੇ ਉਹਨਾਂ ਨੂੰ ਦੇਖ ਦੇਖ ਕੇ ਮੈਂ ਮੰਨ ਲਓ ਦਸਤਾਰ ਵੀ ਕਿਸੇ ਤੋਂ ਸਿੱਖੀ ਨਹੀਂ ਜੀ, ਨਹੀਂ ਆਪਣੇ ਆਪ ਕੋਈ ਮੈਂ ਛੋਟਾ ਪਰਨਾ ਬੰਨਣ ਲੱਗਿਆ ਫਿਰ ਮੈਂ ਥੋੜ੍ਹੀ ਬੜੀਆਂ ਪੱਗਾਂ ਲਿਆਇਆ, ਇਸੇ ਤਰ੍ਹਾਂ ਹੀ ਬੰਨਦਾ ਬੰਨਦਾ ਮੈਂ ਦੇਖ ਕੇ ਇਹਨਾਂ ਨੂੰ ਵੀ ਇਹ ਕਿਵੇਂ
ਜਿਹੜੇ ਮੇਰੇ ਨਾਲ ਦੇ ਨੇ, ਜਿਆਲਾ ਸਾਹਿਬ ਨੇ, ਅਮਰਜੀਤ ਮੌੜੀ ਜੀ, ਹੋਰ ਵੀ ਤੇਜਵੀਰ ਪੰਜੋਖਰਾ, ਇਹਨਾਂ ਨੂੰ ਦੇਖ ਦੇਖ ਕੇ ਸਾਰਿਆਂ ਨੂੰ ਮੈਂ ਦਸਤਾਰ ਵੀ ਮੈਂ ਆਪਣੇ ਆਪ ਹੀ ਸਜਾਉਣ ਲੱਗਿਆ ਸੀ। ਔਰ ਮਹਾਰਾਜ ਨੇ ਅੱਜ ਐਡੀ ਬੜੀ ਦਾਤ ਜੇ ਸਾਨੂੰ ਬਖਸ਼ੀ ਹੈ, ਮੈਂ ਤਾਂ ਕਹੂੰਗਾ ਵੀ ਸਾਰੀ ਕੌਮ ਨੂੰ ਬਖਸ਼ੇ ਅੱਗੇ, ਵੀ ਜਿਹੜੇ ਵੀ ਮੁੰਡੇ ਇਸ ਸਿੱਖੀ ਨੂੰ ਮਲੇ ਸਜਾਉਣਾ ਚਾਹੁੰਦੇ ਨੇ ਅਤੇ ਅੱਗੇ ਆਓ, ਔਰ ਆਪਣੇ ਪੰਥ ਨੂੰ ਇੰਨਾ ਅੱਗੇ ਵਧਾਉਣਾ ਹੈ। ਉਹ ਗੱਲ ਉਹ ਜਿਹੜੀ ਅਰਦਾਸ ਵਿੱਚ ਆਉਂਦੀ ਹੈ ਨਾ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਇਹ ਮਹਾਰਾਜ ਦੀ ਫਲਸਫੇ 'ਤੇ ਆਪਾਂ ਚੱਲਣਾ ਹੈ ਅਤੇ ਆਏਗਾ ਜ਼ਰੂਰ ਖਾਲਸੇ ਦਾ ਰਾਜ, ਇੱਕ ਨਾ ਇੱਕ ਦਿਨ ਜ਼ਰੂਰ ਆਉਣਾ ਹੈ ਅਤੇ ਜ਼ੁਲਮਾਂ ਦਾ ਨਾਸ ਉਸੇ ਵਕਤ ਹੀ ਹੋਣਾ ਹੈ, ਕਿਉਂਕਿ ਪਹਿਲਾਂ ਵੀ ਜ਼ੁਲਮ ਹੁੰਦੇ ਰਹੇ ਅਤੇ ਫਿਰ ਮਹਾਰਾਜ ਨੇ ਦੇਖੋ ਸਾਰਾ ਪਰਿਵਾਰ, ਮੰਨ ਲਓ ਚਾਰ ਪੁੱਤਰ ਵਾਰੇ, ਪੰਜਵੀਂ ਮਾਂ ਵਾਰੀ, ਛੇਵਾਂ ਬਾਪ ਵਾਰਿਆ, ਸੱਤਵਾਂ ਆਪ ਵਾਰਿਆ, ਸਾਰਾ ਪਰਿਵਾਰ ਵਾਰਤਾ ਕਿਸ ਪਿੱਛੇ, ਸਿਰਫ ਇੱਕ ਆਪਣਾ ਪੰਥ ਸਜਾਉਣ ਵਾਸਤੇ। ਅੱਗੇ ਵੀ ਆਪਾਂ ਹਾਂ ਮੈਂ ਅੱਗੇ ਵੀ ਆਪਾਂ ਨੂੰ ਇਸੇ ਫਲਸਫੇ 'ਤੇ ਚੱਲਣਾ ਹੈ ਔਰ ਇਸ ਪੰਥ ਨੂੰ ਇੰਨੀ ਅੱਗੇ ਲੈ ਜਾਣਾ ਹੈ ਕਿ ਦੁਨੀਆ ਸਿਰਫ ਖਾਲਸਾ ਪੰਥ ਹੀ ਸਾਜੇ, ਹੋਰ ਕੋਈ ਪੰਥ ਨਹੀਂ, ਹੋਰ ਅਸੀਂ ਕਿਸੇ ਪੰਥ ਤੋਂ ਖਿਲਾਫ ਵੀ ਨਹੀਂ ਹੈਗੇ ਹੈ, ਇਹ ਵੀ ਨਹੀਂ ਹੈ। ਠੀਕ ਹੈ ਆਪਣਾ ਆਪਣਾ ਮੰਨ ਸਭ ਦਾ ਹੈ, ਮੰਨੋ ਜਿਹਨੂੰ ਜਿਹਨੇ ਮੰਨਣਾ ਹੈ, ਪਰ ਜੋ ਖਾਲਸਾ ਪੰਥ ਹੈ ਨਾ ਉਹ ਇੱਕ ਅਲੱਗ ਪਹਿਚਾਣ ਹੈ ਔਰ ਅਲੱਗ ਪਹਿਚਾਣ ਬਣ ਕੇ ਰਹੇਗੀ ਆਉਣ ਵਾਲੇ ਦਿਨਾਂ 'ਚ। ਮਹਾਰਾਜ ਮਿਹਰ ਕਰੇਗਾ ਇਹਨੂੰ ਹੋਰ ਵੀ ਅੱਗੇ, ਮੰਨ ਲਓ ਜਿਹੜੇ ਵੀ ਆਪਣੇ ਰਿਸ਼ਤੇਦਾਰ, ਭਾਈ, ਸੰਬੰਧੀ, ਪੜੋਸੀ, ਉਹਨਾਂ ਨੂੰ ਵੀ ਕਹਾਂਗੇ ਭਾਈ ਗੁਰੂ ਵਾਲੇ ਬਣੋ। ਮਤਲਬ ਕਿ ਤੁਸੀਂ ਜਦੋਂ ਤੋਂ ਅੰਮ੍ਰਿਤ ਛਕਿਆ ਤਾਂ ਹੋਰਾਂ ਨੂੰ ਵੀ ਪ੍ਰੇਰਿਤ ਕਰ ਰਹੇ ਹੋ ਕਿ ਬਈ ਹੁਣ ਤੁਸੀਂ ਵੀ ਗੁਰੂ ਵਾਲੇ ਬਣ? ਮੇਰਾ ਇਹ ਪਹਿਲਾਂ ਤੋਂ ਹੀ, ਮਤਲਬ ਇਹ ਨਹੀਂ ਵੀ ਮੈਂ ਕੱਲ੍ਹ ਅੰਮ੍ਰਿਤ ਛਕ ਲਿਆ ਮੈਂ ਹੁਣ ਪ੍ਰੇਰਿਤ ਲੱਗਿਆ ਲੋਕਾਂ ਨੂੰ ਕਰਨਾ, ਉਸ ਤੋਂ ਪਹਿਲਾਂ ਵੀ ਮਤਲਬ ਹੁਣ ਗੁਰੂ ਘਰ 29 ਤਰੀਕ ਤੋਂ, ਅਜੇ ਤਾਂ ਹਰ ਰੋਜ਼ ਹੀ ਜਾਂਦੇ ਹਾਂ ਗੁਰੂ ਘਰ, 29 ਤਰੀਕ ਤੋਂ ਉਹ ਨਿਕਲਣੀਆਂ ਨੇ ਪ੍ਰਭਾਤ ਫੇਰੀਆਂ, 5 ਤਰੀਕ ਨੂੰ ਖੰਡਵੜ ਸਾਹਿਬ ਆਰੰਭ ਹੋਣਗੇ ਜਲਵੇੜਾ ਪਿੰਡ, ਅਤੇ 7 ਤਰੀਕ ਨੂੰ ਭੋਗ ਹੈ, ਉਸ ਦਿਨ ਨਗਰ ਕੀਰਤਨ ਵੀ ਕੱਢਣਾ। ਤੁਹਾਨੂੰ ਵੀ ਕਹਾਂਗੇ ਵੀ ਜੇ ਆ ਸਕਦੇ ਹੋ ਤਾਂ ਜ਼ਰੂਰ ਆਇਓ, 7 ਤਰੀਕ ਨੂੰ ਨਗਰ ਕੀਰਤਨ ਵੀ ਕੱਢਣਾ ਹੈ। ਅਤੇ ਮਹਾਰਾਜ ਦੀ ਹੁਣ ਤੱਕ ਮਤਲਬ ਇਹ ਦੇਖ ਲਓ, ਜਦ ਤੋਂ ਮੈਂ ਸਿੱਖੀ ਨਾਲ ਜੁੜਿਆ ਹਾਂ ਮਹਾਰਾਜ ਨੇ ਪਿੱਛਾ ਨਹੀਂ ਦਿਖਾਇਆ। ਵੈਸੇ ਪਰਿਵਾਰ ਦੇ ਵਿੱਚ ਵੀ ਸਾਰੇ ਗੁਰਸਿੱਖ ਸੀ ਜਾਂ ਤੁਸੀਂ ਹੀ ਸ਼ੁਰੂਆਤ ਕੀਤੀ ਆ ਹੁਣ? ਨਹੀਂ, ਮੇਰੇ ਡੈਡੀ ਜੀ ਮਤਲਬ ਪੱਗ ਤਾਂ ਬੰਨਦੇ, ਪੱਗ ਬਿਨਾਂ ਉਹ ਵੀ ਨਹੀਂ ਕਦੇ ਰਹਿੰਦੇ ਸੀਗੇ, ਪਰ ਜੋ ਸਿੱਖੀ ਸਾਜੀ ਹੈ ਅਤੇ ਉਹ ਤਾਂ ਸਿਰਫ ਇੱਕ ਪਰਿਵਾਰ 'ਚ ਪਹਿਲਾ ਸਿੱਖ ਮੈਂ ਹੀ ਹਾਂ ਜਿਹਨੇ ਅੰਮ੍ਰਿਤ ਛਕਿਆ, ਅਤੇ ਬਾਕੀ ਵੀ ਇਹਨਾਂ ਨੂੰ ਵੀ ਅੱਗੇ ਕੋਸ਼ਿਸ਼ ਕਰਾਂਗੇ ਜਿਹੜੇ ਛੋਟੇ ਬੱਚੇ ਨੇ ਵੀ ਭਾਈ ਤੁਸੀਂ ਵੀ ਇੱਕ, ਉੱਧਰ ਮੇਰਾ ਪੋਤਾ ਹੈ, ਦੂਏ ਭਤੀਜੇ ਦਾ ਮੁੰਡਾ ਹੈ, ਉਹ ਸਰਦਾਰ, ਉਹਨੂੰ ਕਿਹਾ ਵੀ ਇਹਨੂੰ ਸਰਦਾਰ ਬਣਾਉਣਾ, ਉਹਨੂੰ ਸਰਦਾਰ, ਉਹਨੇ ਬਲ ਰੱਖ ਲਏ ਔਰ ਉਹਨੂੰ ਰੱਖਾਂਗੇ ਵੀ ਹੈ। ਅਤੇ ਅੱਗੇ ਵੀ ਜਿਹੜੀ ਛੋਟੇ ਬੱਚੇ ਆਪਣੇ ਮੁਹੱਲੇ 'ਚ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਮੈਂ ਇਹੀ ਸਿਖਾਉਂਦਾ ਭਾਈ
ਆਪਣੇ ਗੁਰੂ ਵਾਲੇ ਬਣਨਾ ਹੈ, ਤੁਸੀਂ ਇੱਕ ਵਾਰ ਗੁਰੂ ਵਾਲੇ ਬਣ ਕੇ ਦੇਖੋ ਜੀ, ਫਿਰ ਦੇਖਿਓ ਤੁਹਾਨੂੰ ਇੱਜ਼ਤ ਕਿਵੇਂ ਮਿਲਦੀ ਹੈ। ਜਦ ਲੋਕੀ ਜੀ ਕਹਿ ਕੇ ਹਰ ਗੱਲ ਕਰਦੇ ਹੈ ਨਾ, ਤਾਂ ਫਿਰ ਇੰਨੀ ਮਨ 'ਚ ਖੁਸ਼ੀ ਹੁੰਦੀ ਹੈ ਵੀ ਪੁੱਛੋ ਨਾ ਕੁਛ। ਬਿਲਕੁਲ, ਇਹ ਵੀ ਕਹਿੰਦੇ ਨੇ ਅਜੀਤ ਬਣ ਕੇ ਜਾਇਓ, ਜੁਝਾਰ ਬਣ ਕੇ ਜਾਇਓ, ਜੇ ਚੱਲੇ ਹੋ ਸਰਹੰਦ ਨੂੰ ਸਰਦਾਰ ਬਣ ਕੇ ਜਾਇਓ। ਤਾਂ ਹੁਣ ਵੱਖਰਾ ਹੀ ਇੱਕ ਕਹਿ ਸਕਦੇ ਆ ਜਨੂੰਨ ਹੈ ਮਨ ਦੇ ਵਿੱਚ ਵੀ ਗੁਰੂ ਦੇ ਸਿੱਖ ਬਣੇ ਆ ਅਤੇ ਹੁਣ ਉਹ ਫਤਿਹਗੜ੍ਹ ਸਾਹਿਬ ਜਾਵਾਂਗੇ। ਹਾਂ ਬਿਲਕੁਲ, ਅਸੀਂ ਕੱਲ੍ਹ ਨੂੰ ਸ਼ਾਮ ਨੂੰ ਜਾਣਾ ਹੈ ਜੀ। ਉਹ ਕਹਿੰਦੇ ਨੇ ਵੀ ਜੇ ਆਓ ਸਰਹੰਦ ਅਤੇ ਇੱਕ ਰਾਤ ਲਾਲਾ ਨਾਲ ਵੀ ਗੁਜ਼ਾਰ ਕੇ ਜਾਇਓ, ਗੁਜ਼ਾਰਿਓ ਤੇ ਆਪਾਂ ਕੱਲ ਨੂੰ ਸ਼ਾਮ ਨੂੰ ਜਾਣਾ ਤੇ ਉੱਥੇ ਰਾਤ ਨੂੰ ਰਹਿਣਾ, ਸ਼ਾਇਦ 26 ਦੀ ਵੀ 27 ਦੀ ਵੀ ਰਾਤ ਸ਼ਾਇਦ ਉੱਥੇ ਹੀ ਲੱਗ ਜੇ। ਤੋ ਦੇਖਦੇ ਹਾਂ ਮਹਾਰਾਜ ਦੀ ਕਿੰਨੀ ਕਿਰਪਾ ਹੁੰਦੀ ਹੈ, ਰੱਖਾਂਗੇ ਸਾਂਭ ਕੇ ਇਸ ਸਿੱਖੀ ਨੂੰ ਇਸੀ ਤਰ੍ਹਾਂ ਤੇ ਬੜਾਵਾਂਗੇ ਬਹੁਤ ਅੱਗੇ ਜਾ ਕੇ, ਮਹਾਰਾਜ ਦੀ ਮਿਹਰ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਖੁਸ਼ੀ ਹੋਈ ਪਰਿਵਾਰ ਨੂੰ ਮਿਲ ਕੇ, ਕਿਸ ਤਰੀਕੇ ਦੇ ਨਾਲ ਨਵਦੀਪ ਸਿੰਘ ਜੋ ਵਾਟਰ ਕੈਨਨ ਦੇ ਨਾਲ ਨਾਲ ਜਾਣਿਆ ਜਾਂਦਾ ਹੈ ਅਤੇ ਉਹਨਾਂ ਦੇ ਮਾਤਾ ਪਿਤਾ ਗੁਰੂ ਵਾਲੇ ਬਣੇ ਨੇ ਅਤੇ ਕਹਿੰਦੇ ਹੁਣ ਫਤਿਹਗੜ੍ਹ ਸਾਹਿਬ ਦੀ ਧਰਤੀ ਨੂੰ ਵਜਾ ਕੇ ਸਿਜਦਾ ਕਰਨਾ। ਹਰ ਸਾਲ ਤਾਂ ਜਾਂਦੇ ਸੀ ਪਰ ਇਸ ਵਾਰ ਵੱਖਰਾ ਹੀ ਸਰੂਪ ਲੈ ਕੇ ਚੱਲੇ ਨੇ, ਆਪਣੇ ਆਪ ਨੂੰ ਚੇਂਜ ਕਰਕੇ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ 'ਤੇ ਚੱਲੇ ਨੇ। ਸੋ ਜੁੜੇ ਰਿਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ। ਇਹ ਅੰਮ੍ਰਿਤ ਦੀ ਸ਼ਕਤੀ ਦੀ ਗੱਲ ਕਰਦੇ ਹਾਂ, ਅੰਮ੍ਰਿਤ ਦੀ ਦਾਤ ਦੀ ਗੱਲ ਕਰਦੇ ਹਾਂ ਵੀ ਇੱਕ ਅੰਮ੍ਰਿਤ ਦੀ ਸ਼ਕਤੀ ਗੁਰੂ ਸਾਹਿਬ ਦੀ ਬਖਸ਼ੀ ਹੋਇਆ ਅੰਮ੍ਰਿਤ ਕਿਵੇਂ ਲੋਕਾਂ ਨੂੰ ਚੇਂਜ ਕਰਦਾ, ਕਿਵੇਂ ਲੋਕਾਂ ਦੇ ਅੰਦਰ ਦੇ ਭਾਵਾਂ ਨੂੰ ਚੇਂਜ ਕਰਦਾ ਆ। ਸੋ ਮਾਤਾ ਜੀ ਜਾਂਦੇ ਜਾਂਦੇ ਕੋਈ ਮੈਸੇਜ ਦੇਣਾ ਚਾਹੋਗੇ? ਹਾਂਜੀ, ਕੁਛ ਕਹਿਣਾ ਚਾਹੋਗੇ ਸੰਗਤਾਂ ਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ, ਧੰਨਵਾਦ।